ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗਿਲਜ ਮੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਸਾਨੂੰ ਉਮੀਦ ਹੈ ਤੁਸੀਂ ਜਿੱਥੇ ਵੀ ਹੋਵੋਗੇ ਠੀਕ-ਠਾਕ ਹੋਵੋਗੇ ਕਰੋਨਾ ਦੀ ਵਜ੍ਹਾ ਨਾਲ ਪਰੇਸ਼ਾਨ ਪੈਨਿਕ ਨਹੀਂ ਹੋਣਾ ਹੈ ਸਟੇ ਹੋਮ ਸਟੇ ਸੇਫ ਆਪਣੀ ਫੈਮਿਲੀ ਦਾ ਖਿਆਲ ਰੱਖੋ ਸਮਾਰਟ ਸਟੱਡੀ ਕਰੋ ਸੰਡੇ ਵਾਰਤਾ ਦੇ ਸੈਸ਼ਨ 'ਚ ਮੈਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਇੱਕ ਜਾਣਕਾਰੀ ਲੈ ਕੇ ਆਇਆ ਹਾਂ ਉਹ ਜਾਣਕਾਰੀ ਤੁਹਾਨੂੰ ਮੈਂ ਸਾਂਝੀ ਕਰਾਂਗਾ ਪੂਰੀ ਜਾਣਕਾਰੀ ਦੱਸਾਂਗਾ ਡਿਟੇਲ ਵਾਈਜ਼ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਜਿੰਨੇ ਵੀ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਕਿ ਆਪਣਾ ਪਰਿਵਾਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਬਹੁਤ ਅੱਛਾ ਲੱਗਦਾ ਹੈ ਸਮਾਜ ਦੇ ਵਿੱਚ ਕੋਈ ਵੀ ਇਨਸਾਨ ਅਗਰ ਅੱਛਾ ਕੰਮ ਕਰਦਾ ਹੈ ਤਾਂ ਹਮੇਸ਼ਾ ਉਹਦਾ ਸਹਿਯੋਗ ਕਰੋ ਸਾਥ ਕਰੋ ਤਾਂ ਕਿ ਉਹਨੂੰ ਹੌਸਲਾ ਮਿਲਦਾ ਹੈ ਔਰ ਉਸਦੇ ਹੌਸਲੇ ਨਾਲ ਉਹ ਦੁੱਗਣਾ ਕੰਮ ਕਰ ਸਕੇ ਕੋਈ ਵੀ ਇਨਸਾਨ ਹੈ ਕਿਸੇ ਵੀ ਖੇਤਰ ਦੇ ਵਿੱਚ ਹੈ ਇਸੇ ਤਰੀਕੇ ਨਾਲ ਗਿਲਜ਼ ਮੈਂਟਰ ਤੁਹਾਨੂੰ ਰੈਗੂਲਰਲੀ ਪ੍ਰੀਪਰੇਸ਼ਨ ਕਰਵਾ ਰਿਹਾ ਹੈ ਫਿਲਹਾਲ ਗੱਲ ਕਰਦੇ ਹਾਂ ਡਿਊ ਟੂ ਦਾ ਲਾਕਡਾਊਨ ਬਹੁਤ ਸਾਰੇ ਸਟੂਡੈਂਟਸ ਐ ਕਿਤਨੇ ਕਿਤੇ پڑھਤੀ ਹੋਣ ਦੇ ਲਈ ਆਫਲਾਈਨ ਕੋਚਿੰਗ ਸੈਂਟਰਾਂ ਦੇ ਵਿੱਚ ਫੀਸ ਭਰੀ ਐਡਮਿਸ਼ਨਸ ਲਈ ਸਭ ਕੁਝ ਬੰਦ ਹੋ ਗਿਆ ਅਗਰੇ ਲਾਕਡਾਊਨ ਸਡਨਲੀ ਆਉਣ ਵਾਲੇ ਅਪਕਮਿੰਗ ਮੰਥ ਦੇ ਵਿੱਚ ਵੀ ਹੋਪ ਸਭ ਕੁਝ ਵਾਹਿਗੁਰੂ ਠੀਕ ਕਰੇ ਓਪਨ ਵੀ ਹੁੰਦਾ ਤਾਂ ਕਿਤਨੇ ਕਿਤੇ ਸਾਡੇ ਮਨ ਦੇ ਵਿੱਚ ਚੀਜ਼ਾਂ ਰਹਿਣਗੀਆਂ ਕਿ ਸਡਨਲੀ ਆਪਾਂ ਕੋਚਿੰਗ ਇੰਸਟੀਟਿਊਟਾਂ 'ਚ ਨਹੀਂ ਜਾ ਸਕਦੇ ਜਲਦੀ ਦਿਨੇ ਸੋ ਥੈਟ ਇਸ ਪਲੇਟਫਾਰਮ ਦੇ ਉੱਪਰ ਬੜਾ ਸੋਚਣ ਦੀ ਜ਼ਰੂਰਤ ਐ ਸਾਨੂੰ ਕਿ ਅੱਜ ਅਸੀਂ ਪੜਾਈ ਛੱਡਤੀ ਤਾਂ ਸਾਡੇ ਲੈ ਸਾਡਾ ਰਿਦਮ ਸਾਡੀ ਪ੍ਰੈਕਟਿਸ ਖਤਮ ਹੈ ਮੈਂ ਤੁਹਾਨੂੰ ਬਾਰ ਬਾਰ ਇਹ ਰਿਕਵੈਸਟ ਇਸ ਲਈ ਕਰਦਾ ਕਿ ਆਪਣੀ ਅਗਰ ਲਾਈਫ ਦਾ ਵਿਜ਼ਨ ਹੈ ਸਰਕਾਰੀ ਜੋਬ ਹੈ ਇਹ ਨਹੀਂ ਹੈ ਕਿ ਜobs ਨਹੀਂ ਹੋਣੀਆਂ ਇਹਦੇ ਨਾਲ jobs ਬਹੁਤ ਸਾਰੀਆਂ ਆਉਣਗੀਆਂ ਹਾਂ ਪ੍ਰੈਕਟੀਕਲੀ ਤੌਰ ਤੇ ਗੱਲ ਕਰਦੇ ਹਾਂ ਤਾਂ jobs ਜਾਣਗੀਆਂ ਲੇਕਿਨ ਇਹ ਨਹੀਂ ਕਿ ਗਵਰਨਮੈਂਟ ਅਮਪਲੋਈ ਨੂੰ ਬਿਠਾ ਦਿੱਤਾ ਜਾਏਗਾ ਠੀਕ ਹੈ ਬਾਕੀ ਇਹ ਹਮੇਸ਼ਾ ਨਹੀਂ ਰਹੇਗਾ ਬਲਕਿ ਬਹੁਤ ਜਲਦੀ ਹੀ ਠੀਕ ਹੋ ਜਾਏਗਾ ਐਂਡ ਨੋਟੀਫਿਕੇਸ਼ਨ ਆਉਂਦੇ ਸਾਰੇ ਹੀ ਇਸ ਵਕਤ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਕਿਦਾਂ ਪੜ ਸਕਦੇ ਹੋ ਤੁਹਾਨੂੰ ਬਾਰ ਬਾਰ ਅਸੀਂ ਅਗਾ ਕਰ ਰਹੇ ਹਾਂ ਸਾਡੀਆਂ ਡੇਲੀ ਲਾਈਵ ਕਲਾਸਿਸ YouTube ਤੇ ਚੱਲ ਰਹੀਆਂ ਨੇ ਇਹਦੇ ਇਥੋਂ ਤੁਸੀਂ ਡੇਲੀ ਲਾਈਵ ਸੈਸ਼ਨਸ ਦੇਖ ਸਕਦੇ ਹੋ Telegram ਚੈਨਲ ਅਸੀਂ ਬਣਾ ਰੱਖਿਆ ਜਿੱਥੇ ਤੁਹਾਨੂੰ ਮਟੀਰੀਅਲ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਫ੍ਰੀ ਟੈਸਟ ਵੀ ਦੇਣੇ ਸ਼ੁਰੂ ਕਰਤੇ ਅਸੀਂ ਠੀਕ ਹੈ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ giljmentortest.com ਤੇ ਜਾਣਾ ਹੈ ਤਾਂ ਤੁਸੀਂ ਡੇਲੀ ਇੱਕ ਸੈਟ ਲੈ ਸਕਦੇ ਹੋ ਇਟ ਮੀਨਸ ਵੀਕਲੀ ਤੁਹਾਨੂੰ ਇੱਕ ਟੈਸਟ ਮਿਲੇਗਾ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਕਿਸੇ ਵੀ ਕੋਚਿੰਗ ਇੰਸਟੀਚਿਊਟ ਹੈ ਆਨਲਾਈਨ ਹੈ ਜਿੱਥੋਂ ਵੀ ਪੜ ਰਹੇ ਹੋ ਡੈਫੀਨਿਟਲੀ ਪੜਦੇ ਰਹੋ ਆਪਣਾ ਰਿਦਮ ਨਾ ਖਰਾਬ ਕਰੋ ਪਲੀਜ਼ ਇਹ ਮੈਂ ਤੁਹਾਨੂੰ ਬਾਰ ਬਾਰ ਕਹਾਂਗਾ ਅਗਰ ਮੰਨ ਲਓ ਤੁਹਾਡੇ ਚੋਂ ਕੋਈ ਵੀ ਮੈਕਸੀਮ ਟ੍ਰੇਨਰ ਹੈ ਜਾਂ ਤੁਸੀਂ ਡੇਲੀ ਜਿਮ ਜਾਂਦੇ ਸੀਗੇ ਅਗਰ ਤੁਸੀਂ ਅੱਜ ਵੀ ਜਿਮ ਕਰਨੀ ਛੱਡਤੀ ਹੈ ਖੌਫ ਕਰਕੇ ਘਰੇ ਕਰ ਸਕਦੇ ਹੋ ਤਾਂ ਡੈਫੀਨਿਟਲੀ ਤੁਹਾਡੀ ਆਦਤ ਤੁਹਾਡਾ ਰਿਦਮ ਨਹੀਂ ਬਣੇਗਾ ਠੀਕ ਹੈ ਇਸੀ ਹੀ ਤਰੀਕੇ ਨਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗਿਲਜ ਮੈਂਟਰ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈਆਂ ਸ਼ੁਭਕਾਮਨਾਵਾਂ ਕਿ ਆਪਾਂ ਅੱਜ ਆਫੀਸ਼ੀਅਲ ਐਪ ਲਾਂਚ ਕਰ ਦਿੱਤੀ ਹੈ ਠੀਕ ਹੈ ਇਹਦਾ ਲਿੰਕ ਹੈ ਇਸ ਵੀਡੀਓ ਦੇ ਕਮੈਂਟ ਬਾਕਸ 'ਚ ਤੁਹਾਨੂੰ ਮਿਲੇਗਾ ਇੱਥੇ ਕਲਿੱਕ ਕਰਕੇ ਡਾਊਨਲੋਡ ਕਰ ਲਿਓ ਬਾਕੀ ਕੋਈ ਵੀ ਫਰਦਰ ਜਾਣਕਾਰੀ ਹੋਏਗੀ ਤੁਸੀਂ ਸਾਡੀ ਅਫੀਸ਼ੀਅਲ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ ਪਲੇ ਸਟੋਰ ਦੇ ਵਿੱਚ ਕਿਉਂਕਿ ਸੈਟਰਡੇ ਸੰਡੇ ਯੂ نو ਕਿ ਇਸ ਵਕਤ ਪੂਰਾ ਸੰਸਾਰ ਗੂਗਲ ਵਗੈਰਾ ਸਭ ਕੁਝ ਆਫ ਹੋਈ ਪੇ ਆਫਿਸ ਤਾਂ ਵਰਕ ਫਰੋਮ ਹੋਮ ਚੱਲ ਰਿਹਾ ਹੈ ਤੇ ਇਟ ਟੇਕਸ 3 ਐਂਡ 4 ਡੇਸ ਠੀਕ ਹੈ ਨ ਗੂਗਲ ਪਲੇ ਸਟੋਰ ਤੇ ਆਨਲੀ ਸੋ ਥੈਟ ਤੁਹਾਨੂੰ ਡਾਇਰੈਕਟ ਅਸੀਂ ਲਿੰਕ ਦੇ ਰਹੇ ਹਾਂ ਇੱਕ ਵਾਰੀ ਤੁਸੀਂ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤਾਂ ਬਾਕੀ ਜਿੰਨੇ ਵੀ ਸਟੂਡੈਂਟਸ ਨੇ ਜਿਨ੍ਹਾਂ ਨੇ ਪੰਜਾਬ ਪਟਵਾਰੀ ਦਾ ਜੋ ਸਾਡਾ ਨਵਾਂ ਬੈਚ ਹੈ ਜਿਹਦੇ ਵਿੱਚ ਤਕਰੀਬਨ ਅਸੀਂ ਜਿੰਨੀਆਂ ਵੀ 15 ਈ-ਬੁੱਕਸ ਫਰੀ ਦੇ ਰਹੇ ਹਾਂ ਸਟਡੀ ਮਟੀਰੀਅਲ ਕੰਪਲੀਟਲੀ ਫਰੀ ਦੇ ਰਹੇ ਹਾਂ ਉਹ ਵੀ ਪਲੀਜ਼ ਸਾਡ ਨੂੰ ਫਟਾਫਟ ਇੰਸਟਾਲ ਕਰਕੇ ਕਾਲ ਕਰ ਲੈਣ ਤਾਂ ਕਿ ਉਹਨਾਂ ਨੂੰ ਅਸੀਂ ਫਟਾਫਟ ਉਹਦੇ ਵਿੱਚ ਐਡ ਕਰ ਸਕਦੇ ਹਾਂ ਤਾਂ ਕਿ ਕਿਸੇ ਵੀ ਸਟੂਡੈਂਟਸ ਨੂੰ ਸਟੱਡੀ ਤੋਂ ਕੋਈ ਵੰਚਿਤ ਨਾ ਰਵੇ ਸਟੱਡੀ ਤੋਂ ਕੋਈ ਬਾਂਝਾ ਨਾ ਰਵੇ ਠੀਕ ਬਹੁਤ ਸਾਰੇ ਸਟੂਡੈਂਟਸ ਦੇ ਰੈਗੂਲਰਲੀ ਮੈਸੇजेस ਕਾਲਸ ਆਉਂਦੇ ਸਾਨੂੰ ਅਸੀਂ ਹਮੇਸ਼ਾ ਉਹਨਾਂ ਤੋਂ ਚੀਜ਼ਾਂ ਸਿੱਖਦੇ ਹਾਂ ਸਾਨੂੰ ਵੀ ਸਿੱਖਣ ਨੂੰ ਮਿਲਦੀਆਂ ਅਸੀਂ ਕੋਈ ਬਹੁਤ ਵੱਡੇ ਗਿਆਨੀ ਆ ਪ੍ਰਵਕਤਾ ਨਹੀਂ ਹੈ ਇੱਕ ਸਿਰਫ ਇਕਾਦਤ ਮੰਨੋ ਜਾਂ ਇਦਾਂ ਦਾ ਮੰਨੋ ਕਿ ਤੁਹਾਡੇ ਨਾਲ ਇੱਕ ਸੰਪਰਕ ਹੈ ਇਸ ਦੇ ذریعے ਗੱਲਬਾਤ ਕਰ ਲਈਦੀ ਹੈ ਜੋ ਸਹੀ ਚੀਜ਼ ਹੋ ਤੁਹਾਡੇ ਸਾਹਮਣੇ ਰੱਖਣ ਦੀ ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਹਾਂ ਦੇਖੋ ਸ਼ਬਦ ਹੁੰਦਾ ਆਈ ਕੈਨੋਟ ਡੂ ਇਟ ਮੈਂ ਨਹੀਂ ਕੁਝ ਕਰ ਸਕਦਾ ਮੈਂ ਨਹੀਂ ਕੁਝ ਕਰ ਸਕਦੀ ਅਗਰ ਇਹਦੇ ਚੋਂ ਆਪਾਂ ਨਾਟ ਕੱਟ ਦਈਏ ਤਾਂ ਆਈ ਕੈਨ ਡੂ ਇਟ ਇਸ ਵਕਤ ਸਿਲੈਕਸ਼ਨ ਉਸੇ ਬੱਚੇ ਦਾ ਹੋਏਗਾ ਤੁਸੀਂ ਵੀ ਜਾਣਦੇ ਹੋ ਜੋ ਘਰ ਬੈਠਾ ਪੜ ਰਿਹਾ ਹੈ ਪਹਿਲਾਂ ਦੀ ਗੱਲ ਕਰਦੇ ਆਂ ਪਹਿਲਾਂ ਅਗਰ ਕੋਈ 3 ਤੋਂ 4 ਘੰਟੇ ਪੜਦਾ ਸੀ ਤਾਂ ਅੱਜ ਉਹ ਘੱਟੋ-ਘੱਟ 8 ਤੋਂ 10 ਘੰਟੇ ਪੜ ਰਿਹਾ ਹੈ ਯੂ ਡੋਨਟ ਨੋ ਸਾਨੂੰ ਕਾਲ ਆਉਂਦੇ ਬੱਚਿਆਂ ਦੇ ਸਾਡੇ ਕੋਲੇ ਡੇਲੀ ਲਾਈਵ ਟੈਸਟ ਤੁਸੀਂ ਲਾਉਨੇ ਹੋ ਨਾ ਤਾਂ ਸਾਡੇ ਕੋਲੇ ਬੈਕਐਂਡ ਤੇ ਹੁੰਦਾ ਕਿ ਡੇਲੀ ਜਦੋਂ ਵੀ ਅਸੀਂ ਦੇਖਦੇ ਹਾਂ ਤਕਰੀਬਨ ਇੱਕ ਦਿਨ ਦੇ ਵਿੱਚ ਵਿੱਚ 4-400 5-500 ਬੱਚੇ ਨੇ ਟੈਸਟ ਲਾਈ ਹੁੰਦੇ ਆ ਇਹ ਨਹੀਂਗਾ ਕਿ ਲੋਕੀ ਪੜ ਨਹੀਂ ਰਹੇ ਐ ਸੀਰੀਅਸ ਸਟੂਡੈਂਟ ਜਿਹਦਾ ਜਿਹਦਾ ਵਿਸ਼ਵਾਸ ਹੈ ਜਿਹਨੂੰ ਇੱਕ ਮੌਕਾ ਮਿਲਿਆ ਹੈ ਕਿ ਮੈਂ ਅੱਜ ਤਿਆਰੀ ਕਰ ਸਕਦਾ ਹਾਂ ਜ਼ਰੂਰੀ ਨਹੀਂ ਐ ਕਿ ਸਾਰਾ ਕੁਝ ਪਟਵਾਰੀ ਇੱਥੇ ਐ ਦੋਸਤੋ ਅੱਗੇ ਵੀ ਆਪਾਂ ਐਨਟੀਪੀਸੀ ਐ ਜਾਂ ਬਹੁਤ ਸਰੀਆਂ ਐਸਐਸਸੀ ਲੈਵਲ ਦੀਆਂ ਬੈਂਕਿੰਗ ਲੈਵਲ ਦੀਆਂ ਜੋ ਵੀ ਤੁਸੀਂ ਪ੍ਰੈਪਰੇਸ਼ਨ ਕਰੋਗੇ ਤੁਸੀਂ ਸਿੱਖੋਗੇ ਗੱਲ ਇਹ ਹੈਗੀ ਹੈ ਕਿ ਅੱਜ ਤੁਹਾਨੂੰ ਪੜਨ ਦਾ ਮੌਕਾ ਮਿਲਿਆ ਪਲੀਜ਼ ਕਰੇ ਬੈਠ ਕੇ ਪੜੋ ਕਿਸੇ ਵੀ ਐਜੂਕੇਸ਼ਨ ਦੇ ਸਬੰਧ ਵਿੱਚ ਤੁਹਾਨੂੰ ਜੋ ਵੀ ਹੈਲਪ ਚਾਹੀਦੀ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਪੂਰਨ ਤੌਰ ਤੇ ਸਾਡੀ ਟੀਮ ਤੁਹਾਨੂੰ ਰੈਗੂਲਰਲੀ ਇਹਦੀ ਹੈਲਪ ਕਰ ਰਹੀ ਹੈ ਠੀਕ ਹੈ ਦੋਸਤੋ ਵਾਪਸ ਤੋਂ ਚੀਜ਼ਾਂ ਦੁਹਰਾਵਾਂਗਾ ਕਿ ਹੁਣ ਗੱਲ ਕਰਦੇ ਪੜਨ ਦਾ ਰਿਦਮ ਔਰ ਟਾਈਮ ਕੀ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕੋਈ ਕੰਮ ਨਹੀਂ ਹੈ ਬਾਹਰ ਆਪਾਂ ਜਾਣਾ ਨਹੀਂ ਹੈ ਲੇਕਿਨ ਜਿੰਨਾ ਵੀ ਟਾਈਮ ਹੈ ਆਪਾਂ ਖੁਦ ਬਿਹਤਰ ਜਾਣਨੇ ਕਿ ਯੂਟਿਲਾਈਜ਼ ਕਿਵੇਂ ਕਰ ਸਕਦੇ ਆ ਘਟੋ-ਘਟ 5 ਤੋਂ 7 ਘੰਟੇ ਪੜਾਂਗੇ ਤਾਂ ਮਹੀਨਿਆਂ ਦੇ ਵਿੱਚ ਲਗਭਗ ਜਾ ਕੇ ਤੁਸੀਂ 150 ਘੰਟਾ ਸਟੱਡੀ ਕਰ ਰਹੇ ਹੋ ਔਰ ਇਹ 150 ਘੰਟਾ ਤੁਸੀਂ ਨੋਟ ਕਰ ਲਿਓ ਤੁਹਾਡੀ ਕੋਚਿੰਗ ਦਾ ਸਭ ਤੋਂ ਪ੍ਰੀਸੀਸ ਟਾਈਮ ਹੋਏਗਾ ਇਹ ਐਗਜ਼ਾਮ ਦੇ ਵਿੱਚ ਮਾਰਕਸ ਮੈਟਰ ਨਹੀਂ ਰੱਖਦੇ ਮੈਟਰ ਰੱਖਦੇ ਹੈ ਕਿ ਤੁਸੀਂ ਕਿੰਨਾ ਕੌਨਫੀਡੈਂਸ ਨਾਲ ਜਾ ਰਹੇ ਹੋ ਦੇਖੋ ਥੋੜੀ ਤਿਆਰੀ ਹੈ ਤਾਂ ਡੈਫੀਨਿਟਲੀ ਕੌਨਫੀਡੈਂਸ ਨਾਲ ਜਾਓਗੇ ਤਾਂ ਉੱਚਾ ਉਹਨਾਂ ਹੀ ਅੱਛਾ ਤੁਹਾਡਾ ਐਗਜ਼ਾਮ ਹੋਏਗਾ ਪਟਵਾਰੀ ਨਹੀਂ ਹੈ ਕਾਨੂੰਗੋ ਵੀ ਪੋਸਟ ਆਉਣਗੀਆਂ ਸੋਸ਼ਲ ਗੱਲ ਕਰਦੇ ਹਾਂ ਕਿ ਇਨਸਪੈਕਟਰ ਰੈਂਕ ਦੀਆਂ ਪੋਸਟਾਂ ਆਉਣਗੀਆਂ ਈਵਨ ਕਿ ਹੁਣ ਤਾਂ ਗਵਰਨਮੈਂਟਸ ਨੂੰ ਹੋਰ ਵੀ ਜ਼ਿਆਦਾ ਜ਼ਰੂਰਤ ਰਹੇਗੀ ਅੱਗੇ ਠੀਕ ਹੈ ਇੱਕ ਬੱਚੇ ਨੇ ਮੁੱਦਾ ਉਠਾਇਆ ਸੀਗਾ ਕਿ ਸਰ ਜੋ ਪਟਵਾਰੀ ਦੀਆਂ ਪੋਸਟਾਂ ਲਗਭਗ ਇਹ 26 ਮਾਰਚ ਨੂੰ ਆਊਟ ਹੋਣੀਆਂ ਸੀਗੀਆਂ ਠੀਕ ਹੈ ਕਿਉਂਕਿ 100% ਸੀਗਾ ਕਿ 26 ਮਾਰਚ ਨੂੰ ਆ ਰਹੀਆਂ ਔਰ ਬਿਲਕੁਲ ਇਨਫੋਰਮੇਸ਼ਨ ਆ ਚੁੱਕੀ ਸੀ ਸਾਡੇ ਤੱਕ ਵੀ ਤੁਹਾਨੂੰ لیکن ڈیو ٹو دا لاک ڈاؤن گورنمنٹ نے بلکہ سارے جگہ تے پوسٹپون اگر اج نوٹیفیکیشنز آیا بھی ہوندا تا ہونا تا پوسٹپون ہی سی ٹھیک ہے سو دیٹ اینو پینک نہیں ہونا اس چیز نو نوٹیفیکیشن آئے گا پرنتو ایک بچے نے سਾਨੂੰ کیا سیگا کہ سر کیونکہ 37 سال تک دی میکسیمم ایج ہے اگر یہ نوٹیفیکیشن لیٹ ہوندا ہے تا سਾਨੂੰ نقصان ہوئے گا ਡੈਫੀਨਿਟਲੀ ਲੇਕਿਨ ਇਸ ਚੀਜ਼ ਤੇ ਜ਼ਰੂਰ ਵਿਸ਼ਵਾ ਕੋਸ਼ਣ ਕੁਝ ਪ੍ਰਾਲਾ ਕੀਤਾ ਜਾਏਗਾ ਸਾਨੂੰ ਪਤਾ ਹੈ ਕਿ ਇਸ ਵਕਤ ਜਿੰਨੇ ਵੀ ਬੋਰਡ ਕਲਾਸਾਂ ਦੇ ਬੱਚੇ ਐ ਚਾ ਉਹਨਾਂ ਨੇ ਤਿੰਨ ਪੀਪਰ ਦਿੱਤੇ ਸੀ ਉੱਥੇ ਹੀ ਉਹਨਾਂ ਦਾ ਰਿਜ਼ਲਟ ਬਣਾਇਆ ਜਾ ਰਿਹਾ ਹੈ ਹਰ ਸਟੇਟ ਦੇ ਵਿੱਚ ਤਾਂ ਹਰ ਗਵਰਨਮੈਂਟਸ ਵੀ ਇਹ ਚੀਜ਼ਾਂ ਜਾਣਦੀ ਹੈ ਕਿ ਇਸ ਵਕਤ ਕੋਈ ਇਕੱਲਾ ਕਿਸੇ ਦੀ ਉਹ ਚੀਜ਼ ਨਹੀਂ ਹੈ ਕਿ ਨੁਕਸਾਨ ਹੈ ਐਵਰੀਬਾਡੀਜ਼ ਜੋ ਵੀ ਹੈ ਸਭ ਚੀਜ਼ ਦਾ ਨੁਕਸਾਨ ਹੈ ਹੱਦ ਤੱਕ ਕੁਝ ਹੱਦ ਤੱਕ ਆਪਾਂ ਨੂੰ ਵੀ ਕੁਝ ਵੀਰ ਕਰਨਾ ਪਏਗਾ ਲੇਕਿਨ ਇਹਦਾ ਡੈਫੀਨਿਟਲੀ ਪ੍ਰਾਲਾ ਕੀਤਾ ਜਾਏਗਾ ਜਿੰਤੋਂ ਤੱਕ ਸਾਨੂੰ ਬਿਲੀਵ ਹੈ ਔਰ ਆਪਾਂ ਜ਼ਰੂਰ ਤੁਹਾਡੀ ਆਵਾਜ਼ ਬਣ لیکن بس ਤੁਹਾਨੂੰ ਅਸੀਂ ਟਾਈਮ-ਟਾਈਮ ਤੇ ਅਗਾਹ ਕਰਾਂਗੇ ਕਿ ਪਲੀਜ਼ ਆਪਣੀ ਸਟੱਡੀ ਡੇਲੀ ਕਰੋ ਯਾਦ ਰੱਖੋ ਨੌ ਸਬਜੈਕਟ ਹੈ ਨੌ ਸਬਜੈਕਟ ਹਨ ਫੋਕਸ ਕਰੋ ਤੇ ਇਹਦੇ ਨਾਲ ਨਾਲ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵੀ ਦੱਸ ਦੇਣਾ ਚਾਹੁੰਦਾ ਆ ਪੀਪੀਐਸਸੀ ਹੈਡਮਾਸਟਰ ਪ੍ਰਿੰਸੀਪਲ ਅਤੇ ਬੀਪੀਓ ਦੇ ਪੋਸਟ ਦੇ ਸਬੰਧ ਵਿੱਚ ਅਗਰ ਤੁਸੀਂ ਫਰਦਰ ਕੋਈ ਕੋਰਸਸ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਆਫੀਸ਼ੀਅਲ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤਾਂ ਇਹ ਸਾਡੀ ਅਪਡੇਟ ਸੀਗੀ ਤਾਂ ਵਾਂਸ ਅਗੇਨ ਥੈਂਕ ਯੂ ਸੋ ਮੱਚ ਕਿਉਂਕਿ ਤੁਹਾਡੀਆਂ ਦਿਵਾਵਾਂ ਤੁਹਾਡਾ ਪਿਆਰ ਅਗਰ ਕਿਸੇ ਵੀ ਇਨਸਾਨ ਨੂੰ ਮਿਲੇਗਾ ਤਾਂ ਡੈਫੀਨਿਟਲੀ ਤੁਹਾਡੇ ਲਈ ਅੱਛਾ ਕੰਮ ਕਰੇਗਾ ਤੇ ਐਪ ਦੇ ਨਾਲ ਸਾਨੂੰ ਸੰਸਾਧਨਾਂ ਦੀ ਜ਼ਰੂਰਤ ਹੋਰ ਪੈ ਗਈ ਹੈ ਕਿਉਂਕਿ ਇਮੀਡੀਏਟਲੀ ਸਰਵਰ ਬਹੁਤ ਜ਼ਿਆਦਾ ਬਿਜੀ ਸੀਗਾ ਹਰ ਕਿਤੇ ਕੋਈ ਬੱਚਾ ਪ੍ਰੋਪਰਲੀ ਤਰੀਕੇ ਨਾਲ ਸਾਰੇ ਸੈਸ਼ਨਸ ਨਹੀਂ ਦੇਖ ਪਾ ਰਿਹਾ ਸੀਗਾ ਤਾਂ ਥੈਂਕ ਯੂ ਸੋ ਮੱਚ ਇਹ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਮਿਲਦੇ ਹਾਂ ਫਿਰ ਕੱਲ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ